ਲਓ ਜੀ, ਸ਼ਾਮ ਦਾ ਟਾਈਮ ਹੋ ਗਿਆ। ਇਹਦੇ ਹੁਣ ਲੱਗ ਗਏ ਮਿਰਚਾਂ ਤੋੜਨ। ਮਿਰਚਾਂ ਬਹੁਤ ਕੌੜੀਆਂ ਨੇ ਇਹ, ਨਹੀਂ ਫਿੱਕੀਆਂ ਵੀ ਹੁੰਦੀਆਂ ਨੇ, ਇੰਨੀਆਂ ਵੀ ਕੌੜੀਆਂ ਨੀ ਵੀ ਦੋ ਪਾ ਲਓ ਸਬਜ਼ੀ ਬਣ ਜੂ ਸਾਰੀ। ਫਿਰ ਆਇਆ ਇਹ ਚ ਕਿਹੜਾ ਆਪਾਂ ਦੂਜੀ ਲੋਟ ਆ ਕੋਈ ਸਪਰੇਅ ਨੂੰ। ਦੇਸੀ ਸਪਰੇਅ ਆ ਜੇ ਮੈਂ ਪਹਿਲੀ ਵੀਡੀਓ ਚ ਦੱਸੀ ਸੀ। ਹਾਂ ਉਹੀ ਦੇਸੀ ਸਪਰੇਅ ਆ। ਆ ਕਿੰਨੇ ਲੱਗੇ ਹੋਏ ਨੇ ਇਹ, ਪਹਿਲਾਂ ਬਣਦੇ ਹੋਗੇ ਤੇ ਉਤਰੀ ਨਹੀਂ ਜਮਾ ਵੀ, ਜਮਾ ਹੀ ਨਹੀਂ ਉਤਰੀਆਂ। ਫਿਰ ਪਤਾ ਨਹੀਂ ਫਿਰ ਕੀ ਕਾਦੀ ਸਪਰੇਅ ਕੀਤੀ ਸੀਗੀ ਜੀ ਇਹ ਤੇ ਵੀਡੀਓ ਚ ਦੱਸਿਆ ਹੋਇਆ ਮੈਂ। ਓਕੇ ਕਰੇਲੇ ਹਾਂ ਕਿੱਡੇ ਬੜੇ ਬੜੇ ਉਤਰੇ, ਦੋ ਤਾਂ ਉਹ ਵੀ ਹੋ ਗਏ ਪੱਕ ਵੀ ਗਏ। ਦੇਖੋ ਕਰੇਲੇ ਕਿੰਨੇ ਮੋਟੇ ਮੋਟੇ ਨੇ ਕੀ, ਮੈਂ ਤਾਂ ਦਾਲ ਖਾਣਾ। ਇੱਧਰ ਪਾਣੀ ਫੜੀਆਂ ਵੀ ਕਿੰਨੀਆਂ ਹੋਈਆਂ ਪਈਆਂ। ਚਲੋ ਅੱਜ ਭਾਈ ਸਬਜ਼ੀ ਤੋੜੋ ਸਾਰੇ ਜਣੇ ਲੱਗ ਕੇ। ਯਾਰ ਕੱਦੂ ਨਹੀਂ ਹੋਇਆ, ਚੂਹੇ ਫਿਰਦੇ ਨੇ ਚੂਹੇ ਲੱਗੇ ਹੋਏ ਨੇ ਤਾਂ ਹੈਗੇ ਨੇ। ਵੱਡਾ ਕਹਿ ਰਹੇ ਹੋ ਤੁਸੀਂ? ਹੋਊਗਾ ਵਿੱਚ ਤੋਂ ਦੇਖੋ, ਦੇਖ ਲਓ ਸੱਪ ਵੀ ਹੋਊਗਾ ਉਹ ਵੀ ਦੇਖਿਓ। ਕੀ ਹੈ ਪੰਜ ਨਾ ਬਚੇ ਨੇ ਹਾਂਜੀ ਇਹ ਬਾਹਾਂ ਆ ਗਈਆਂ, ਇਹਨਾਂ ਤੇ ਮਾੜੀ ਮਾੜੀ ਛੋਟੀ ਕਢਾਈ ਜੀ ਕੱਢੀ ਹੋਈ ਆ। ਦੂਜੀ ਬਾਂਹ ਐਵੇਂ ਆ ਰਹੀ ਹੈ ਜੀ। ਕਿਸੇ ਨੂੰ ਪਸੰਦ ਹੈਗਾ ਇਹ ਤਾਂ ਸਾਨੂੰ ਕਮੈਂਟ ਜਿਹਦੀ ਦੱਸ ਦਿਓ ਵੀ ਫਸਟ ਸੂਟ ਹੈ। ਉਵੇਂ ਆ ਤੈਨੂੰ ਪ੍ਰੋਪਰਲੀ ਖੋਲ ਕੇ ਐਵੇਂ ਦਿਖਾ ਦੋ। ਕੋਈ ਚੱਕਰ ਨੀ ਤੈਨੂੰ ਤਾਂ, ਇਹ ਤਾਂ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਇਸ ਪੀਸ ਐਂ ਦਾ ਦੁਪੱਟਾ। ਤੇ ਇਹ ਸੂਟ ਨਾ ਉਹ ਮਤਲਬ ਵੀ ਸਾਲ ਭਰ ਪਾਣੇ ਵਾਲਾ, ਮਤਲਬ ਵੀ ਤੁਸੀਂ ਸਰਦੀਆਂ ਚ ਪਾਓ ਚਾਹੇ ਗਰਮੀਆਂ ਚ ਦੇਖੋ। ਇਹਨੂੰ ਲਾਈਨਿੰਗ ਲੱਗੂਗੀ ਠੀਕ ਹੈ ਜੀ, ਆ ਦੁਪੱਟਾ ਨਾਲ ਇਹਦੇ। ਚਲੋ ਜੀ ਨੂੰ ਸਾਈਡ ਤੇ ਕਰ ਦੋ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਮਹਿੰਗੇ ਸੂਟ, ਇਹ ਹੈਗਾ ਆਪਣਾ 2300 ਦਾ ਸੂਟ। ਹਾਂ ਇਹ 23 ਦਾ, 2300। ਅਤੇ ਇਹ ਹੈਗਾ ਆਪਣਾ ਨੈਕਸਟ ਪੀਸ, ਇਹ ਵੀ ਸੇਮ ਹੈ ਕੱਪੜਾ ਸਭ ਕੁਛ ਸੇਮ ਹੈ, ਬਸ ਉਹਦੇ 'ਤੇ ਆਰੀ ਦਾ ਵਰਕ ਆ, ਇਹਦੇ 'ਤੇ ਕੋਈ ਵਰਕ ਨਹੀਂ ਸਿੱਧਾ ਪ੍ਰਿੰਟ ਹੈ ਇਹੋ ਜਿਹੇ। ਇਹ ਯਾਰ ਪ੍ਰਿੰਟ ਬਹੁਤ ਸੋਹਣਾ ਲੱਗਦਾ ਮੈਨੂੰ।
ਇਹਦਾ ਆ ਦੇਖੋ ਵੈਸੇ ਹੈਗੀ ਉਹੀ ਚੀਜ਼ ਆ ਹਮ ਸੇਮ ਹੀ ਹੈ ਬਸ ਉਹ ਤੇ ਆਰੀ ਦਾ ਵਰਕ ਕਰਕੇ ਤਾਂ ਉਹ ਥੋੜਾ ਜ਼ਿਆਦਾ ਮਹਿੰਗਾ ਹੈ ਬਾਕੀ ਸੇਮ ਹੈ ਕੱਪੜਾ ਸੇਮ ਹੈ ਇਹਨਾਂ ਦੇ ਉਹ ਲਾਈਨਿੰਗ ਲੱਗੇਗੀ ਕਿਉਂਕਿ ਕੱਪੜਾ ਹਲਕਾ ਹੋ ਰਿਹਾ ਦੇਖੋ ਨੀਚੇ ਦਿਖਦਾ ਕੱਪੜਾ ਉਹੀ ਚੀਜ਼ ਹੈ ਇਹਦਾ ਵੀ ਡਿਜ਼ਾਈਨ ਸੇਮ ਹੋਵੇ ਇਹ ਹੈਗਾ 2100 ਦਾ ਬਟ ਸਾਡੇ ਤੋਂ ਲੈ ਕੇ ਨੀ ਆਂਦਾ ਗਿਆ ਤਾਂ ਕਰਕੇ ਵੀ ਆਪਾਂ ਤੁਹਾਨੂੰ ਮੇਨ ਦਿਖਾ ਰਹੇ ਵੀ ਇੰਨੇ ਨੀ ਰੇਂਜ ਦੇ ਹੈਗੇ ਨੇ ਇੱਕ ਆਹ ਕੱਪੜਾ ਇਹ ਬਹੁਤ ਸੋਹਣਾ ਇਹ ਹੈਗੇ ਨੇ ਆਪਣੇ 450 ਦੀ ਰੇਂਜ ਜੇ ਕਿਸੇ ਨੇ ਲੈਣਾ ਹੋਵੇ ਨਾਲ ਇਹਨਾਂ ਦੇ ਦੁਪੱਟੇ ਨੇ ਦੁਪੱਟਿਆਂ ਦੇ 4-sided ਲੈਸ ਲੱਗੀ ਹੋਈ ਆ ਪ੍ਰਿੰਟ ਬਹੁਤ ਸੋਹਣੇ ਨੇ ਇਹ ਆਮ ਘਰ ਪਾਉਣ ਨੂੰ ਬੰਦਾ ਜਿਵੇਂ ਮਰਜ਼ੀ ਪਾ ਲਵੇ ਨਾਲੇ ਕੱਪੜਾ ਵਧੀਆ ਅਗਰ ਕੱਪੜੇ 'ਚ ਕੋਈ ਵੀ ਫੋਲਟ ਆ ਰਿਹਾ ਤੁਸੀਂ ਸਾਨੂੰ ਰਿਟਰਨ ਵੀ ਕਰ ਸਕਦੇ ਹੋ ਹਨਾ ਬਾਕੀ ਅਸੀਂ ਸਾਰਾ ਕੱਪੜਾ ਦੇਖ ਕੇ ਲੈ ਗਏ ਸਾਰਾ ਵਧੀਆ ਹੀ ਆ ਸੋ ਆਹ ਹੈਗੀ ਇਹਦੀ ਪਲੇਨ ਸਲਵਾਰ ਜਿਵੇਂ ਮਰਜ਼ੀ ਤੁਸੀਂ ਬਣਾ ਲਓ ਨਾਲ ਹੈਗਾ ਇਹਦਾ ਆਹ ਸੀਗਾ ਸੂਟ ਇਹ ਕਮੀਜ਼ ਹੈ ਕਮੀਜ਼ ਬਹੁਤ ਸੋਹਣਾ ਆਹ ਦੇਖੋ ਜੀ ਆਹ ਸੂਟ ਹੈ ਹਾਂ ਇਹਦੀ ਰੇਂਜ ਹੈਗੀ ਹੈ 1600 ਹੈ ਬੀਬੀ ਦਵਾਏਗੀ ਫਿਰ ਸੂਟ ਸੋ ਉਹਦੇ ਨਾਲ ਹੈਗਾ ਦੁਪੱਟਾ ਬਹੁਤ ਸੋਹਣਾ ਲੱਗਦਾ ਕੱਪੜਾ ਵੀ ਬਹੁਤ ਫਾਈਨ ਆ ਫਾਈਬਰਿਕ ਬਹੁਤ ਸੋਹਣਾ ਆਹ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਦੁਪੱਟਾ ਵੀ ਨਾਲੇ ਬੜਾ ਸਾਰੀ 4-sided ਦੇ ਵਿੱਚ ਐਵੇਂ ਡਿਜ਼ਾਈਨ ਕਰਿਆ ਹੋਇਆ ਇਹਨਾਂ ਨੇ ਬਹੁਤ ਸੋਹਣਾ ਦੁਪੱਟਾ ਇਹ ਸੋ ਹੁਣ ਆ ਰਹੇ ਨੇ ਆਪਣੇ ਨੈਕਸਟ ਪੀਸ ਜਿਹੜੇ ਨੇ ਆਪਣੇ 660 ਦੇ ਹਾਂ ਇਹ ਸਾਰੇ ਪੀਸ 660 ਵਾਲੇ ਨੇ ਜੀ ਇਹ ਹੈਗੇ 700 ਦਾ ਇਹਦੇ ਨਾਲ ਨਾ ਪਿਓਰ ਦੀ ਚੁੰਨੀ ਹੈ ਅੱਛਾ ਇਹਨਾਂ ਨਾਲ ਚੁੰਨੀ ਘਟੀਆ ਹੈ ਇਹਦੇ ਨਾਲ ਪਿਓਰ ਦੀ ਚੁੰਨੀ ਲਈ ਵੀ ਹੈ ਠੀਕ ਹੈ ਦੁਪੱਟਾ ਬਹੁਤ ਵਧੀਆ ਹੈ ਦੁਪੱਟਾ ਬਹੁਤ ਪਤਾ ਲੱਗਦਾ ਨਾ ਇਹ ਦੁਪੱਟੇ ਹੋਰ ਨੇ ਦੂਜਿਆਂ ਨਾਲ ਇਹ ਹੋਊਗਾ ਇਹ ਕੱਪੜੇ ਦਾ ਵੀ ਫਰਕ ਆ ਤਾਂ ਹੀ ਫਿਰ ਸਾਡੇ 600-700 ਦੀ ਰੇਂਜ ਦੇ ਵਿੱਚ ਤਾਂ ਹੀ ਉਹ 400 ਦੀ ਰੇਂਜ 'ਚ ਉਹ ਜਿਵੇਂ ਆਪਾਂ ਆਮ ਘਰ ਪਾ ਸਕਦੇ ਹਾਂ ਇਹ ਆਪਾਂ ਬਾਹਰ ਆਉਣ ਜਾਣ ਲਈ ਪਾ ਸਕਦੇ ਹਾਂ ਕੱਪੜਾ ਬਹੁਤ ਫਾਈਨ ਆ ਇਹ ਤਾਂ ਬੀਬੀ ਨੇ ਪਸੰਦ ਕੀਤਾ ਹੋਇਆ 660 ਹਾਂਜੀ 660 ਦੀ ਰੇਂਜ ਇਹਨਾਂ ਦੀ ਮੈਂ ਲਿਖਿਆ ਸੀਗਾ ਮੈਨੇ ਪਰਚੀ ਵਿੱਚ ਪਾਈ ਸੀਗੀ ਇਹਨਾਂ ਦੀ ਹਾਂਜੀ ਸਰ ਦੀ 660 ਦੀ ਰੇਂਜ ਹੈ ਜੀ ਇਹਦੇ ਪ੍ਰਿੰਟ ਬਹੁਤ ਸੋਹਣੇ ਲੱਗੇ ਅੱਜ ਕੱਲ੍ਹ ਐਵੇਂ ਦੇ ਪ੍ਰਿੰਟ ਪਾਉਂਦੇ ਨੇ ਜ਼ਿਆਦਾਤਰ ਜਿਵੇਂ ਆਮ ਕੁੜੀਆਂ ਵੀ ਪਾ ਸਕਦੀਆਂ ਨੇ ਬਟ ਇਹਨਾਂ ਨਾਲ ਤੁਹਾਨੂੰ ਦੁਪੱਟੇ ਲੈਣੇ ਪੈਣਗੇ ਇਹਨਾਂ ਨਾਲ ਦੁਪੱਟੇ ਦਾ ਕੰਬੀਨੇਸ਼ਨ ਬਹੁਤ ਸੋਹਣਾ ਬਣਦਾ ਹੈ ਇੱਕ ਦੁਪੱਟੇ ਦੇ 2 ਕਲਰ ਪਵਾ ਕੇ ਐਵੇਂ ਆਹ ਸੀਗੇ ਇਹ ਸੂਟ ਮੈਨੂੰ ਇਹ ਤਿੰਨੇ ਡਿਜ਼ਾਈਨ ਬਹੁਤ ਸੋਹਣੇ ਲੱਗੇ ਸੱਚੀ ਓਕੇ ਆਹ ਦੇਖੋ ਜੀ ਕਿੰਨੇ ਸੋਹਣੇ ਪੀਸ ਨੇ ਇਹ ਮੈਨੂੰ ਬਹੁਤ ਸੋਹਣੇ ਲੱਗੇ ਇਹ ਪੀਸ ਆਣ ਜਾਣ ਨੂੰ ਆਰਾਮ ਨਾਲ ਬੰਦਾ ਆਹ ਪੀਸ 660 ਦੇ ਨੇ ਹਮ ਆਹ ਸਲਵਾਰ ਹੋ ਗਈ
ਇਸ ਸਲਵਾਰ ਦੇ ਉੱਤੇ ਨਾਲੇ ਪ੍ਰਿੰਟ ਇਹ ਜਿਹਾ ਹੀ ਸੂਟ ਮੈਂ ਪਾਇਆ ਹੋਇਆ। ਇਹ ਤਾਂ ਬਹੁਤ ਸੋਹਣੇ ਤਿਆਰ ਹੁੰਦੇ ਨੇ, ਮੈਂ ਵੀ ਆਪਣਾ ਬਲੂ ਕਲਰ ਦਾ ਤਿਆਰ ਕੀਤਾ ਸੀ। ਇਹ ਹੈਗੀ ਨੀ 660, ਇਹ 660 ਦੇ ਨਹੀਂ ਮਾਂ, ਇਹ 660 ਦੇ ਨਹੀਂ ਹੈਗੇ, ਇਹ ਤਾਂ 1200 ਦੀ ਰੇਂਜ ਵਾਲੇ ਨੇ। ਇਹ ਨਹੀਂ ਹੈਗਾ, ਇਹ 660 ਦਾ ਠੀਕ ਹੈ। ਇਹਨਾਂ ਦੇ ਨਾਲ ਹੀ ਹੈ, ਪਤਾ ਨਹੀਂ 700 ਦੇ ਹੋਵੇ ਐ ਨਹੀਂ ਪਤਾ ਇਹਦਾ ਰੇਂਜ। ਚਲੋ ਰੇਟ ਪੁੱਛ ਲਾਂਗੇ। ਹਾਂਜੀ ਆ ਹੈਗੇ ਨੇ 1200 ਦੀ ਰੇਂਜ। ਇਹ ਕੱਪੜੇ ਬਹੁਤ ਫਾਈਨ ਹੈ, ਕਾਟਨ ਕੱਪੜਾ ਬਹੁਤ ਵਧੀਆ ਹੈ। ਕੱਪੜਾ ਬਹੁਤ ਫਾਈਨ ਆ, ਇਹਦਾ ਵੀ ਬਹੁਤ ਸੋਹਣਾ ਕਲਰ ਆ। ਇਹ ਸੂਟ ਤੇ ਤਿਆਰੇ ਬਹੁਤ ਸੋਹਣੇ ਹੁੰਦੇ ਨੇ, ਜਿਵੇਂ ਮੈਨੂੰ ਸਟਿਚਿੰਗ ਆਉਂਦੀ ਆ ਨਾ ਤਾਂ ਮੈਂ ਇਹ ਚੀਜ਼ਾਂ ਨੂੰ ਦੱਸ ਲੈਸ ਲਾ ਕੇ ਐਵੇਂ ਦੀ। ਇਹ ਤਾਂ ਉਹ 3-4 ਕਲਰ ਵਾਲੀ ਲੈਸ ਜਿਹੜੀ ਹੁੰਦੀ ਨਹੀਂ ਹੈਗੀ, ਮਲਟੀ ਦੁਪੱਟਾ ਹੋਊਗਾ ਉਹ ਪਤਾ ਇਹਦੇ ਨਾਲ ਨੂੰ ਸਾਰੀ ਚੀਜ਼ ਪੈ ਜੂ ਇਹਦੇ ਵਿੱਚ, ਆ ਜਿਹੜੇ ਕਲਰ ਪਾਉਣੇ ਨੇ ਬਹੁਤ ਸੋਹਣਾ ਲੱਗੂਗਾ ਕਈ ਕਲਰਾਂ ਦਾ। ਇਹ ਤਾਂ ਜੇ ਕਿਸੇ ਨੇ 7 ਸੂਟ ਤਿਆਰ ਵੀ ਕਰਾਉਣੇ ਹੋਣ ਸਾਨੂੰ ਦੱਸ ਦੇਣ, ਮੇਰੇ ਉਹ ਹੈਗੇ ਨੇ ਸਾਡੀ ਫੈਮਿਲੀ ਦੇ ਵਿੱਚ, ਉਹਨਾਂ ਦਾ ਬੁਟੀਕ ਦਾ ਹੀ ਕੰਮ ਹੈ, ਉਹ ਬਹੁਤ ਸੋਹਣੇ ਸੂਟ ਤਿਆਰ ਕਰਕੇ ਦੇਣਗੇ। ਹਾਂਜੀ ਕਰਾ ਵੀ ਸਕਦੇ ਹਾਂ, ਦੁਪੱਟੇ ਵੀ ਅਸੀਂ, ਬਾਕੀ ਤੁਹਾਡੀ ਵਿਸ਼ ਹੈ ਜੇ ਤੁਸੀਂ ਨੇ ਲੈਣੇ ਤਾਂ ਸਾਨੂੰ ਦੱਸ ਦਿਓ ਕਮੈਂਟਾਂ 'ਚ, ਜਿਵੇਂ ਵੀ ਤੁਹਾਡਾ ਜੀ ਕਰਦਾ ਹੈ ਨਾ, ਨਹੀਂ ਜੇ ਸਟਿਚਿੰਗ ਕਰਵਾਉਣੀ ਸਟਿਚਿੰਗ ਵੀ ਕਰਕੇ ਦੇ ਦਾਂਗੇ। ਬਾਕੀ ਜਿਹੜੇ ਤੁਹਾਨੂੰ ਪਸੰਦ ਆਏ ਨੇ ਉਹਦੇ ਸਾਨੂੰ ਸਕਰੀਨਸ਼ੋਟ ਲੈ ਲਿਓ ਜੀ, ਬਾਕੀ ਮੈਂ ਉੱਥੇ ਨੰਬਰ ਸ਼ੇਅਰ ਕਰ ਦਾਂਗੀ, ਜੇ ਕਿਸੇ ਨੇ ਲੈਣਾ ਤਾਂ ਸਾਨੂੰ ਕਾਲ ਕਰ ਲੈ। ਓਕੇ ਲਓ ਜੀ, ਇਹ ਸੀਗੀ ਆਪਣੀ ਅੱਜ ਸੂਟਾਂ ਦੀ ਵੀਡੀਓ। ਬਾਕੀ ਜੇ ਤੁਹਾਨੂੰ ਸਾਡੇ ਸੂਟਾਂ ਦੀ ਵੀਡੀਓ ਵਧੀਆ ਲੱਗੇ ਤਾਂ ਸਾਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ, ਅਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਅਸੀਂ ਨੀਚੇ ਨੰਬਰ ਸ਼ੇਅਰ ਕਰ ਦਾਂਗੇ, ਸਾਨੂੰ ਕਾਲ ਕਰ ਲਿਓ। ਸਾਨੂੰ ਕਾਲ ਨਾ ਕਰਿਓ, ਸਾਨੂੰ ਵਟਸਐਪ 'ਤੇ ਨਾ ਸਿਰਫ ਸੂਟ ਦਾ ਸਕਰੀਨਸ਼ੋਟ ਭੇਜ ਦਿਓ, ਅਸੀਂ ਫਿਰ ਆਪਣੇ ਆਪ ਸੂਟ ਤੁਹਾਨੂੰ ਦੱਸ ਕੇ ਉਹਦੀ ਪ੍ਰਾਈਸ ਵਗੈਰਾ ਤਾਂ ਅਸੀਂ ਤੁਹਾਨੂੰ ਦੱਸ ਦਿੱਤੇ ਨੇ, ਬਾਕੀ ਫਿਰ ਅਸੀਂ ਤੁਹਾਨੂੰ ਕੁਰੀਅਰ ਚਾਰਜਸ ਦੱਸ ਕੇ ਤੁਹਾਨੂੰ ਭੇਜ ਦਾਂਗੇ ਸੂਟ ਉਹ ਇਹ ਸੂਟ ਨੇ। ਬਾਕੀ ਜੇ ਕਈ ਵਾਰ ਨਾ ਸਾਡੇ ਕੋਲ ਇਹ ਇੱਕ ਇੱਕ ਪੀਸ ਨੇ, ਵੀ ਅਗਰ ਕਿਸੇ ਨੂੰ ਕੋਈ ਹੋਰ ਕੋਈ ਕਲਰ ਲੈਣਾ ਹੋਵੇ ਫਿਰ ਅਸੀਂ ਉੱਥੇ ਜਾ ਕੇ ਸ਼ੋਪ 'ਤੇ ਦੂਜਾ ਕਲਰ ਲੈ ਲਾਂਗੇ। ਹਾਂਜੀ ਅਸੀਂ ਲੈ ਲਾਂਗੇ। ਬਾਕੀ ਆਪਾਂ ਕਰਦੇ ਹਾਂ ਜੀ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ, ਦੇਖੋ ਕਿੰਨੇ ਸੋਹਣੇ ਸੂਟ। ਬੀਬੀ ਮੈਨੂੰ ਤਾਂ ਦਵਾ ਦਿਓ ਸੂਟ ਕੋਈ, ਮੈਨੂੰ ਉਹ ਦਵਾ ਦਿਓ, ਮੈਨੂੰ ਉਹ ਸੋਹਣਾ ਲੱਗਦਾ ਆਵਲਾ ਆਵਲਾ। ਆ ਨਹੀਂ ਇਹ ਤਾਂ ਬੀਬੀ ਜੀ ਲੈਣਾ, ਆ ਸੂਟ ਬਹੁਤ ਸੋਹਣਾ।